ਘਰ ਤਾਂ ਤੇਰਾ ਬਹੁਤ ਸੋਹਣਾ। ਜੀ, ਬਾਪੂ ਜੀ ਦੇ ਜਾਣ ਤੋਂ ਬਾਅਦ ਤੁਸੀਂ ਤਾਂ ਕਦੇ ਘਰੋਂ ਹੀ ਨਹੀਂ ਨਿਕਲੇ, ਅੱਜ ਕਿਵੇਂ ਆ ਗਏ? ਰਾਤ ਮੈਨੂੰ ਸੁਪਨਾ ਆਇਆ, ਤੂੰ ਨਿੱਕੀ ਜਿਹੀ ਮੇਰਾ ਹੱਥ ਫੜੀ ਤੁਰੀ ਜਾ ਰਹੀ ਹੈ। ਬੜਾ ਹੀ ਸੋਹਣਾ ਤੇ ਪਤਰਾ ਰਾਹ ਸੀ। ਫਿਰ ਤੂੰ ਮੇਰਾ ਹੱਥ ਛੱਡ ਕੇ ਕੰਢਿਆਂ ਦੇ ਰੋੜਿਆਂ ਵਾਲੇ ਰਾਹ ਤੁਰ ਪਏ। ਫਿਰ ਮੇਰਾ ਸੁਪਨਾ ਟੁੱਟ ਗਿਆ। ਮੈਨੂੰ ਤੇਰੀ ਬੜੀ ਫਿਕਰ ਹੋ ਰਹੀ ਸੀ, ਇਸ ਲਈ ਮੈਂ ਸਵੇਰ ਦੀ ਪਹਿਲੀ ਬੱਸ ਫੜ ਕੇ ਤੇਰੇ ਕੋਲ ਆ ਗਈ। ਸੱਚ ਦੱਸ, ਤੂੰ ਕਿਤੇ ਗਲਤ ਰਾਹ ਤਾਂ ਨਹੀਂ ਤੁਰ ਪਈ? ਮੈਂ ਪੀਜੀ ਦੇ ਕਹੇ ਤੇ ਕੁੱਟੀ ਦਾ ਰਿਸ਼ਤਾ ਤੜਵਾ ਦਿੱਤਾ। ਜੇ ਤੇਰੀ ਸੱਸ ਤੇਰੇ ਤੋਂ ਰੁੱਸ ਗਈ ਤਾਂ ਤੂੰ 4 ਦਿਨ ਦੁਖੀ ਹੋਏਂਗੀ, ਪਰ ਜੇ ਤੇਰਾ ਰੱਬ ਤੇਰੇ ਤੋਂ ਰੁੱਸ ਗਿਆ ਤਾਂ ਤੂੰ ਹਮੇਸ਼ਾ ਦੁਖੀ ਰਹਿਣਾ। ਪੀਜੀ, ਚਾਚਾ ਜੀ ਨੇ ਤਾਂ ਕਿਹਾ ਸੀ ਕਿ ਹੁਣ ਮੇਰੀ ਸੱਸ ਦੀ ਅਕਲ ਹੀ ਮੇਰੇ ਲਈ ਮੇਰੇ ਰੱਬ ਦਾ ਹੁਕਮ ਹੈ। ਰੱਬ ਦਾ ਜੇਕਰ ਕੋਈ ਸੱਚਾ ਸਾਜ਼ ਹੈ, ਤੇਰਾ ਆਪਣਾ ਦਿਲ ਹੈ। ਉਹ ਆਵਾਜ਼ ਜਦੋਂ ਵੀ ਆਏਗੀ ਤੇਰੇ ਆਪ ਦੇ ਦਿਲ ਤੋਂ ਆਊਗੀ, ਕਿਸੇ ਹੋਰ ਦੀ ਅਕਲ ਚੋਂ ਨਹੀਂ। ਪੀਜੀ, ਜੇ ਮੈਂ ਆਪਣੀ ਸੱਸ ਦੇ ਮੁਤਾਬਿਕ ਨਾ ਚੱਲੀ ਤਾਂ ਮੈਂ ਜਮਾ ਹੀ ਉੱਜੜ ਜਾਣਾ। ਇਹ ਦੁਨੀਆ ਇੱਕ ਮੁਸਾਫਿਰ ਖਾਨਾ ਹੈ ਜਿੱਥੇ ਆਤਮਾ ਪਰਮਾਤਮਾ ਨੂੰ ਪਾਲਣ ਲਈ ਆਉਂਦੀ ਹੈ ਤੇ ਇੱਕ ਸਮੇਂ ਬਾਅਦ ਉਹਨੇ ਵਾਪਿਸ ਚਲੇ ਜਾਣਾ ਹੈ। ਸਦਾ ਇੱਥੇ ਕਿਸੇ ਨੇ ਨਹੀਂ ਰਹਿਣਾ। ਜੋ ਰੱਬ ਨੂੰ ਭੁੱਲ ਗਈਆਂ ਨੇ ਉਹ ਵਿਆਹੀਆਂ ਹੋ ਕੇ ਵੀ ਉਛੜ ਗਈਆਂ ਨੇ, ਤੇ ਜਿਨ੍ਹਾਂ ਨੇ ਰੱਬ ਨੂੰ ਯਾਦ ਰੱਖਿਆ ਉਹ ਵਿਧਵਾ ਹੋ ਕੇ ਵੀ ਵੱਸ ਗਈਆਂ ਨੇ। ਤੇ ਮੈਂ ਚਾਹੁੰਦੀ ਹਾਂ ਤੂੰ ਹਮੇਸ਼ਾ ਵਸੇ। ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ ਨਾਮ ਜਪਾਉਂਦਾ ਰਹਿੰਦਾ ਏ, ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ। ਇਹ ਸਾਰੇ ਦੁੱਖ ਭੁੱਲ ਜਾਵੇ ਜੇ ਇੱਕ ਪਲ ਵਿੱਚ ਆ ਜਾਵੇ, ਫਿਰ ਪਲ ਪਲ ਮੌਜ ਮਨਾਵੇ। ਨੀ ਦਿਲ ਮੇਰਾ ਰੱਬ ਦਾ ਰੇਡੀਓ, ਨੀ ਦਿਲ ਮੇਰਾ ਰੱਬ ਦਾ ਰੇਡੀਓ, ਨੀ ਦਿਲ ਮੇਰਾ ਰੱਬ ਦਾ ਰੇਡੀਓ, ਰੱਬ ਦਾ ਰੇਡੀਓ। ਬਰਕਤਾਂ ਪਾ ਬਾਬਾ, ਜੈ ਬਾਬਿਆਂ ਦੀ, ਜੈ ਬਾਬਿਆਂ ਦੀ। ਮੇਰਾ ਕਰਦੇ, ਮੇਰਾ ਕਰਦੇ ਜਟਾਵਾਂ ਵਾਲਿਆ, ਬਰਕਤਾਂ ਪਾ ਦੇ, ਭੜੋਲੇ ਭਰ ਦੇ, ਗੁਆਂਢੀਆਂ ਦਾ ਸ਼ਰੀਕਾਂ ਦਾ ਬੇੜਾ ਗਰਕ ਕਰਦੇ ਬਾਬਾ। ਮੇਰਾ ਕਰਦੇ, ਮੇਰਾ ਕਰਦੇ। ਬੀਜੀ, ਮੈਂ ਜਾ ਰਹੀ ਹਾਂ। ਮੈਂ ਜਾ ਰਹੀ ਹਾਂ। ਕਿੱਥੇ ਜਾ ਰਹੀ ਹੈ ਨੀ ਤੂੰ? ਹੈਂ, ਆਪਦੀ ਗਲਤੀ ਸੁਧਾਰਨ। ਦਿਮਾਗ ਸਹੀ ਹੈ ਤੇਰਾ? ਡਰ ਡਰ ਤਾਂ ਰੁਲ ਜਾਏਗੀ, ਭੀਖ ਮੰਗਦੀ ਫਿਰੇਂਗੀ ਲੋਕਾਂ ਤੋਂ। ਨੀ ਤੇਰੇ ਚਾਚੇ ਨੇ ਵੀ ਨੀ ਰੱਖਣਾ ਹੁਣ ਤਾਂ ਤੈਨੂੰ, ਤੇ ਤੇਰੀ ਮਾਂ ਤੈਨੂੰ ਕਿੱਥੋਂ ਸਾਂਭੂਗੀ? ਗੱਲ ਸੁਣ ਮੇਰੀ, ਸੋਚ ਸਮਝ ਕੇ ਦਿਲੀ ਪਾਰ ਕਰੀ। ਮੈਂ ਤੈਨੂੰ ਦੱਸਾਂ, ਇਸ ਦਿਲੀ ਤੋਂ ਤੇ ਇੱਕ ਵਾਰੀ ਕੀੜੀ ਵੀ ਬਾਹਰ ਨਿਕਲ ਜੇ ਨਾ, ਮੈਂ ਕਦੀ ਦੁਬਾਰਾ ਉਹਨੂੰ ਅੰਦਰ ਨੀ ਵੜਨ ਦਿੱਤਾ। ਤੂੰ ਕਦੇ ਪਾਣੀ ਹਾਰਿਆ ਨੀ, ਤੂੰ ਤੇ ਤੇਰੀ ਮਾਂ ਰੁਲ ਜਾਊਗੀ। ਸਾਮਣ ਵਾਲਾ ਪਰਮਾਤਮਾ ਆਪ ਆ ਬੀਜੀ, ਪਹਿਲਾਂ ਵੀ ਤਾਂ ਸਾਨੂੰ ਉਹਨੇ ਹੀ ਸਾਮਿਆ। ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ, ਸਦਕੇ ਉਸ ਦੁੱਖ ਦੇ ਜੋ ਪਲ ਪਲ ਹੀ ਨਾਮ ਜਪਾਉਂਦਾ ਰਹਿੰਦਾ ਏ, ਸਦਕੇ ਉਸ ਨਾਮ ਦੇ ਜੋ ਸਾਰੇ ਹੀ ਦੁੱਖ ਮਿਟਾਉਂਦਾ ਰਹਿੰਦਾ ਏ। ਇਹ ਸਾਰੇ ਦੁੱਖ ਭੁੱਲ ਜਾਵੇ ਜੇ ਇੱਕ ਪਲ ਵਿੱਚ ਆ ਜਾਵੇ, ਫਿਰ ਪਲ ਪਲ ਮੌਜ ਮਨਾਵੇ। ਨੀ ਦਿਲ ਮੇਰਾ ਰੱਬ ਦਾ ਰੇਡੀਓ, ਨੀ ਦਿਲ ਮੇਰਾ ਰੱਬ ਦਾ ਰੇਡੀਓ, ਨੀ ਦਿਲ ਮੇਰਾ ਰੱਬ ਦਾ ਰੇਡੀਓ, ਨੀ ਦਿਲ
ਮੇਰਾ ਰੱਬ ਦਾ ਰੇਡੀਓ ਚੱਲ ਬੈਠ ਮੈਂ ਤੈਨੂੰ ਲੈਣ ਨਹੀਂ ਤੇਰੇ ਨਾਲ ਜਾਣ ਆਇਆ ਜਿਵੇਂ ਪੱਥਰ ਦੇ ਵਿੱਚ ਅੱਗ ਹੈ ਜਿਵੇਂ ਤਿਲ ਦੇ ਅੰਦਰ ਤੇਲ ਹੈ ਤੈਨੂੰ ਬਾਹਰ ਤੰਗ ਹੈ ਜਿਸ ਦੀ ਤੇਰੇ ਅੰਦਰ ਉਸਦਾ ਮੇਲ ਹੈ ਜਿਵੇਂ ਪੱਥਰ ਦੇ ਵਿੱਚ ਅੱਗ ਹੈ ਜਿਵੇਂ ਤਿਲ ਦੇ ਅੰਦਰ ਤੇਲ ਹੈ ਤੈਨੂੰ ਬਾਹਰ ਤੰਗ ਹੈ ਜਿਸ ਦੀ ਤੇਰੇ ਅੰਦਰ ਉਸਦਾ ਮੇਲ ਹੈ ਤੇਰੇ ਅੰਦਰ ਉਸਦਾ ਮੇਲ ਹੈ ਤੇਰੇ ਅੰਦਰ ਉਸਦਾ ਮੇਲ ਹੈ ਫਿਰ ਬਾਹਰ ਲੈਣ ਕੀ ਜਾਵੇ ਦਿਲ ਮੇਰਾ ਰੱਬ ਦਾ ਰੇਡੀਓ ਦਿਲ ਮੇਰਾ ਰੱਬ ਦਾ ਰੇਡੀਓ ਨੀ ਦਿਲ ਮੇਰਾ ਰੱਬ ਦਾ ਰੇਡੀਓ ਨੀ ਦਿਲ ਮੇਰਾ ਰੱਬ ਦਾ ਰੇਡੀਓ ਨੀ ਦਿਲ ਮੇਰਾ ਰੱਬ ਦਾ ਰੇਡੀਓ ਦਿਲ ਮੇਰਾ ਰੱਬ ਦਾ ਰੇਡੀਓ ਨੀ ਦਿਲ ਮੇਰਾ ਰੱਬ ਦਾ ਰੇਡੀਓ ਨੀ ਦਿਲ ਮੇਰਾ ਰੱਬ ਦਾ ਰੇਡੀਓ ਸੱਚੀ ਮੇਰੇ ਤਾਂ ਮਨ ਦਾ ਬੋਝ ਹੀ ਲੱਥ ਗਿਆ ਸ਼ਾਬਾਸ਼ ਬੇਟਾ ਮੈਂ ਤੇਰੇ ਬਾਰੇ ਸੁਣਿਆ ਜ਼ਰੂਰ ਸੀ ਪਰ ਅੱਜ ਜਾਣ ਲਿਆ ਹੈ ਜਿਉਂਦੀ ਵਸਦੀ ਰਹਿ ਪੁੱਤਰ ਤੂੰ ਵਾਕਈ ਇੱਕ ਪਾਕ ਰੂਹ ਹੈ ਸ਼ਾਬਾਸ਼ ਬੇਟਾ ਸ਼ਾਬਾਸ਼ ਮੁੰਡਿਆ ਮੈਨੂੰ ਮਾਣ ਹੈ ਤੇਰੇ ਤੇ ਖੁਸ਼ ਹੈ ਨਾ ਮੇਰਾ ਪੁੱਤ ਕਿ ਤੂੰ ਮੇਰਾ ਰਿਸ਼ਤੇਦਾਰ ਬਣਨ ਲੱਗਾ ਹੈ ਸਰਦਾਰਨੀਏ ਜੀ ਬਲਵੰਸਿਆ ਤਿਆਰੀ ਖਿੱਚੋ ਬਈ ਆਪਾਂ ਨੇ ਸੌਲੀ ਬਰਾਤ ਲੈ ਕੇ ਜਾਣਾ ਹੈ ਹੁਣ ਤਾਂ ਠੀਕ ਹੈ ਨਾ ਮਾਪਿਆਂ ਦੇ ਸਿਰ ਚ ਖੇ ਪਵਾ ਕੇ ਆ ਗਿਆ ਤੈਨੂੰ ਸ਼ਰਮ ਨਹੀਂ ਆਈ ਵਗ ਜਾ ਇੱਥੇ ਜਿੱਥੋਂ ਆਇਆ ਤੂੰ ਖਬਰਦਾਰ ਮੇਰੀ ਦੇਹੜੀ ਨਾ ਲੰਘੀ ਮੈਂ ਤੈਨੂੰ ਦੱਸਦਾ ਖੜ ਜਾ ਉੱਥੇ ਮੁੜ ਜਾ ਜਿੱਥੋਂ ਆਈ ਹੈ ਚੱਲ ਆਪਣੇ ਮਾਪਿਆਂ ਦੇ ਘਰ ਮੈਂ ਦਿੰਨੀ ਆ ਤੈਨੂੰ ਧਲੇਸੜੀ ਆਵਾਜ਼ ਤਾਂ ਕਰਦੀ ਹੈ ਆਵਾਜ਼ ਤਾਂ ਕਰਦੀ ਹੈ ਸ਼ਰਮ ਨਹੀਂ ਤੈਨੂੰ ਤੁਸੀਂ ਤੁਸੀਂ ਤੋਂ ਇਹਦੇ ਪਿੱਛੇ ਲੱਗ ਕੇ ਮੇਰੇ ਕੁੱਟਣ ਲੱਗ ਪਈ ਹਾਏ ਮੈਂ ਮਰ ਗਈ ਮੈਂ ਮਰ ਗਈ ਮੈਂ ਮੇਰੇ ਸਿਰ ਤੇ ਖੰਡ ਕਰਦੀ ਹੈ ਕੀ ਹੋ ਗਿਆ ਜਨਾਨੀ ਦੇ ਥੱਲੇ ਆਪਣੀ ਗੁੱਡੀ ਦੀ ਸਾਰੇ ਪਿੰਡ ਚ ਬਦਨਾਮੀ ਕਰਦੀ ਫਿਰਦੀ ਆ ਸਾਰੇ ਜਗਤ ਬਦਨਾਮ ਕਰਤਾ ਤੂੰ ਤਾਂ ਲਾਉਂਦੀ ਆ ਨਾ ਉਹ ਤੇਰੀ ਧੀ ਨੀ ਸਾਡੀ ਧੀ ਤੇ ਤੂੰ ਤਾਂ ਲਾਉਂਦੀ ਫਿਰਦੀ ਆ ਬਾਪੂ ਮੈਂ ਬਣਾਉਣਾ ਤੈਨੂੰ ਆਪਣੀ ਧੀ ਤੇ ਇਲਜ਼ਾਮ ਲਾਇਆ ਉਹ ਵੀ ਕਿਸੇ ਦੀ ਧੀ ਹੈ ਤੇਰੀ ਘਰ ਵਾਲੀ ਹੈ ਮਰਿਆਦਾ ਵੀ ਤਾਂ ਕੋਈ ਚੀਜ਼ ਹੁੰਦੀ ਹੈ ਕਰੋ ਕੱਢ ਕੇ ਛੱਡਣਾ ਉਦੋਂ ਪਰੇ ਹਟਾ ਜਿਹੜਾ 24 ਘੰਟੇ ਗੁੱਸਾ ਜਿਹਾ ਆਪਣੇ ਨੱਕ ਤੇ ਬਿਠਾਈ ਰੱਖਦਾ ਨਾ ਇਹਨੂੰ ਜਰਾ ਕਾਬੂ 'ਚ ਰੱਖਿਆ ਕਰ ਵੱਡਾ ਪੰਚਾਇਤੀ ਕੁੜੀਆਂ ਲਿਆ ਇਹਨੂੰ ਅੰਦਰ ਚੱਲ ਆ ਤੂੰ ਚੱਲ ਬਾਈ ਅੰਦਰ ਹੱਦ ਹੋ ਗਈ ਨਿਆਣੇ ਆ ਜਾ ਹੁਣ ਮੈਂ ਕਹਿ ਨਹੀਂ ਰੱਖਦੀ ਆ ਹੁਣ ਚੱਲ ਬੈਠ ਪਹਿਲਾਂ ਕਰਤੂਤਾ ਕਰਦੀ ਐ ਹੁਣ ਮੂੰਹ ਬਣਾ ਕੇ ਖੜੀ ਐ ਆ ਜਾ ਹੁਣ ਬਸੀ ਬਸੀ ਜੀ ਨਾਲੇ ਆਪ ਦੁਖੀ ਹੋਈ ਐ ਨਾਲੇ ਸਾਨੂੰ ਦੁਖੀ ਕੀਤਾ ਤਾਂ ਆਪਦੇ ਪੁੱਤ ਨੂੰ ਕਹਿ ਮੈਨੂੰ ਜੇ ਤੇਰੇ ਧੀ ਹੁੰਦੀ ਤਾਂ ਤੂੰ ਇਹੀ ਜਿਹੀ ਕਰਤੂਤਾ ਕਰਦੀ ਮੈਨੂੰ ਮਾਫ ਕਰ ਦੇ ਮਾਸੀ ਜੀ ਮੈਂ ਹੰਕਾਰ ਹੀ ਗਈ ਸਾਂ ਤੂੰ ਗਲਤੀ ਹੋ ਗਈ ਹੁਣ ਨਹੀਂ ਕਰਦੀ ਚੰਗਾ ਕੀਤਾ ਮਾਫ ਚੱਲ ਖੜੀ ਹੋ ਮੇਰੀ ਧੀ
मैनू माफ कर देती है। इधर आओ भाई, आ जाओ हुण। चल उठ उठ, मासी बोल दिया। चल मेरी सुन लो गल, कुड़ी दा करना ब्याह ते सांझे घर विच करना है, ते कंध दे उटा। टाइम हो गया पहुंचन का, पता तो करो कि भाभी बरात आ गई। अहंकार दे रास्ते सदा ही सुखाले ते छोटे नजर आउंदे हन, पर आखर ये रास्ते ही रह जांदे ने, इन्हां दी कदे कोई मंजिल नहीं आउंदी। दिल दी आवाज दा रास्ता चाहे जिन्ना भी औकड़ा भरिया ते लंबा नजर आवे, पर इस रस्ते दा अपने मुसाफिर नाल इक वादा है, खूबसूरत मंजिलों ते ले जाना। चंगा
ਲੱਗੇ ਮੈਂ ਟੀ ਨਹੀਂ ਵਜਾਈ। ਇਸ ਕਹਾਣੀ ਦਾ ਹਰ ਕਿਰਦਾਰ ਇਸ ਘੜੀ ਤੋਂ ਬਾਅਦ ਖੁਸ਼ੀਆਂ ਹਾਸੇ ਮਾਣਦਾ ਰਿਹਾ, ਪਰ ਵਿਦਿਆ ਪੜ੍ਹਾਈ ਦੀ ਸਹੁੰ ਖਾਣ ਵਾਲੀ ਨਿੱਕੀ 8ਵੀਂ ਚੋਂ 3 ਵਾਰ ਫੇਲ ਹੋ ਗਈ ਤੇ ਸਕੂਲੋਂ ਹਟ ਗਈ। ਜੱਟੀ ਆ ਜਾ ਕੱਟ ਦੀ।